ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਖ ਸ੍ਰੀ ਖਾਲਸਾ ਸਾਹਿਬ ਜੀ ਨੇ ਜਥੇਦਾਰ ਦੀ ਸੇਵਾ ਤੇ ਸੰਭਾਲ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਨੇ ਸਾਂਭੀ ਆ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਪੰਥ ਨੇ ਸਾਰੇ ਨੇ ਇਕੱਤਰ ਹੋ ਕੇ ਉਹਨਾਂ ਨੂੰ ਅੱਜ ਸੇਵਾ ਤੇ ਸੁਸ਼ੋਭਿਤ ਕੀਤਾ। ਸਿੰਘ ਸਾਹਿਬ ਨੂੰ ਜਿੱਥੇ ਬਹੁਤ ਬਹੁਤ ਵਧਾਈ ਦਿੰਦਾ, ਉੱਥੇ ਸਮੁੱਚੇ ਪੰਥ ਨੂੰ ਵੀ ਵਧਾਈ ਦਿੰਦਾ ਕਿ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਬਤੌਰ ਪੰਜ ਪਿਆਰੇ, ਉਸ ਤੋਂ ਇਲਾਵਾ ਬਤੌਰ ਗ੍ਰੰਥੀ ਤੇ ਬਤੌਰ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਸੇਵਾ ਨਿਭਾਉਂਦੇ ਰਹੇ ਆ। ਸਮਾਂ ਚੁਣੌਤੀਆਂ ਭਰਿਆ ਆ, ਪਰ ਇਸ ਸਮੇਂ ਦੇ ਉੱਤੇ ਮੈਂ ਸਮਝਦਾ ਠੰਮੇ ਤੇ ਸਹਿਜ ਦੇ ਨਾਲ ਸਿੰਘ ਸਾਹਿਬ ਯੋਗ ਅਗਵਾਈ ਕਰਨ। ਇੱਕ ਮੈਂ ਕਿਉਂਕਿ ਕਈ ਵਾਰੀ ਇਹਨਾਂ ਦੀਆਂ ਗੱਲਾਂ ਰਹਿ ਜਾਂਦੀਆਂ, ਜਿਹੜੇ ਅਸੈਂਬਲੀ ਦੇ ਵਿੱਚ ਇਹ ਕਹਿੰਦੇ ਸੀ ਕਿ ਅਸੀਂ ਪਵਿੱਤਰ ਗੁਰਬਾਣੀ ਘਰ ਘਰ ਪਹੁੰਚਾਉਣੀ ਆ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਿਸ ਵੇਲੇ ਭਗਤ ਸਾਹਿਬਾਨਾਂ ਦੇ ਨਾਮ ਲਏ ਉਹ ਬੀਟਾ ਰੀਟਾ ਕਰਕੇ ਲਈਦੇ ਆ, ਗੁਰਬਾਣੀ ਦੀ ਇਹ ਸੰਦੇਸ਼ ਆ, ਧੰਨ ਗੁਰੂ ਪੰਜਮ ਪਾਤਸ਼ਾਹ ਨੇ ਉਹਨਾਂ ਭਗਤਾਂ ਨੂੰ ਕੀ ਕਰਕੇ ਕਿਹਾ, ਅਤੇ ਇਹ ਅਸੈਂਬਲੀ ਦੇ ਵਿੱਚ ਹੁਣ ਇੱਦਾਂ ਹੀ ਪਾਉਣਗੇ ਪ੍ਰੋਟੋਕਾਲ ਵੀ ਜਿੱਦਾਂ ਕਿਸੇ ਪਿੰਡ ਦੇ ਕਿਸੇ ਛੋਟੇ ਬੱਚਿਆਂ ਦੇ ਨਾਂ ਲਈਦੇ ਆ, ਕਿਸੇ ਨਾਲ ਭਗਤ ਨਹੀਂ ਲਾਇਆ। ਗੁਰੂ ਪੰਜਮ ਪਾਤਸ਼ਾਹ ਨੇ ਗੁਰਬਾਣੀ ਦੀ ਜਿੱਥੇ ਸ਼ੁਰੂਆਤ ਕੀਤੀ ਬਾਣੀ ਭਗਤ ਨਾਮ ਦੇਵ ਜੀ ਕੀ, ਬਾਣੀ ਭਗਤ ਕਬੀਰ ਜੀ ਉਹ ਕੀ, ਅਤੇ ਇਹ ਉੱਥੇ ਕੀ ਕਰ ਰਹੇ ਆ। ਜਿਵੇਂ ਆਪਾਂ ਇੱਕ ਪਹਾੜਾ ਪੜ੍ਹੀ ਦਾ, ਇਹ ਗੁਰਬਾਣੀ ਦਾ ਸਤਿਕਾਰ ਆ, ਇਹ ਉਹਨਾਂ ਨੇ ਗੁਰਬਾਣੀ ਰਚੀ ਆ ਜਿਹਨਾਂ ਦਾ ਇਨਾਮ ਲੈ ਰਹੇ ਸੀ। ਮੈਂ ਕਹਿੰਦਾ ਸ਼ਰਮ ਆਉਣੀ ਚਾਹੀਦੀ ਆ ਕਿ ਉੱਥੇ ਗੁਰਬਾਣੀ ਦੀਆਂ ਗੱਲਾਂ ਕਰਨ ਵਾਲੇ, ਘਰ ਘਰ ਪਹੁੰਚਾਉਣ ਵਾਲੇ ਉੱਥੇ ਅਸੈਂਬਲੀ ਦੇ ਵਿੱਚ ਇਹ ਸੁਨੇਹਾ ਦੇ ਰਹੇ। ਸਭ ਤੋਂ ਭਾੜਾ ਸਾਬਤ ਸੂਰ ਦਸਤਾਰ ਸਿਰਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪਵਿੱਤਰ ਗੁਰਬਾਣੀ ਦਾ ਕਥਨ ਆ। ਮਨੁੱਖ ਸਾਬਤ ਸੂਰ ਤੇ ਸਿਰ ਤੇ ਦਸਤਾਰ ਹੋਵੇ, ਤੇ ਜਿਹੜੇ ਟਾਂਚਾ ਕਰਦੇ ਦਾੜੀ ਤੇ, ਤੇ ਫਿਰ ਨਾਲ ਵੀ ਦਾੜੀ ਬੰਨੀ ਆ ਤੇ ਕਦੇ ਖੋਲੀ ਆ, ਤੇ ਨਾਲ ਐਕਟਿੰਗ ਕਰਕੇ ਦੱਸਦੇ ਆ। ਮੈਂ ਪੁੱਛਦਾ ਇਹ ਉਸ ਪਵਿੱਤਰ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਗੁਰਬਾਣੀ ਦਾ ਉਹਦਾ ਨਿਰਾਦਰ ਤਾਂ ਨਹੀਂ ਕਿ ਸਾਬਤ ਸੂਰ ਦਸਤਾਰ ਸਿਰਾ? ਇਹਨਾਂ ਤਾਂ ਸਾਬਤ ਸੂਰ ਤੇ ਕੋਈ ਨਹੀਂ, ਤੇ ਦਸਤਾਰਾਂ ਵੀ ਸਜਾਈਆਂ, ਉਹ ਦਸਤਾਰਾਂ ਵੀ ਦਿਖਾਉਣ ਨੂੰ ਸਜਾਈਆਂ ਆ, ਥੱਲੇ ਕੇਸ ਹੈ ਨਹੀਂ। ਮੈਂ ਸਮਝਦਾ ਬੜੀ ਵੱਡੀ ਨੇ ਉਹਦਾ ਉਲੰਘਣਾ ਕੀਤੀ ਆ, ਗੁਰਮਤ ਦੀ ਉਲੰਘਣਾ ਕੀਤੀ, ਘਰ ਘਰ ਕਹਿ ਕੇ ਇਹ ਗੱਲ ਕਹਿਣੀ ਕਿ ਅਸੀਂ ਘਰ ਘਰ 'ਚ ਗੁਰਬਾਣੀ ਪਹੁੰਚਾਵਾਂਗੇ, ਅਸੀਂ ਵੀ ਪਹੁੰਚਾਵਾਂਗੇ, ਅਸੀਂ ਸਾਰਾ ਤੈਅ ਕੀਤਾ ਆ। ਪਰ ਇਹ ਮੁੱਦਾ ਜਿਹੜਾ ਆ, ਇਹ ਪੰਥਕ ਮੁੱਦਾ, ਇਹ ਚਾਹੁੰਦੇ ਆ ਵੀ ਇਹ ਸਾਰਾ ਅਸੀਂ ਉਹਦਾ ਲਾਹਾ ਲੈ ਲਈਏ। ਉਹਦੇ ਨਾਲ ਮੈਂ ਇੱਕ ਹੋਰ ਜਿਹੜੀ ਬੇਨਤੀ ਕਰਨੀ ਚਾਹੁੰਦਾ, ਅੱਜ ਕਈ ਬੋਲਦੇ ਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਦਿਸ਼ਾ ਨਿਰਦੇਸ਼ ਦਿੱਤਾ ਸੀ, ਧਾਮੀ ਨੂੰ ਸ਼੍ਰੋਮਣੀ ਕਮੇਟੀ ਨੂੰ ਨਿਰਦੇਸ਼ ਦਿੱਤਾ ਸੀ ਕਿ ਤੁਸੀਂ ਇਹ ਚੈਨਲ ਚਲਾਓ ਜੀ ਆਇਆਂ ਨੂੰ। ਅਸੀਂ ਬਿਲਕੁਲ ਧੰਨਵਾਦ ਕਰਦੇ ਸਿੰਘ ਸਾਹਿਬ ਦਾ, ਉਹਦੇ ਲਈ ਲੱਗੇ ਹੋਵਾਂ। ਅਤੇ ਸਿੰਘ ਸਾਹਿਬ ਨੇ ਇੱਕ ਆਦੇਸ਼ ਇਹਨਾਂ ਨੂੰ ਵੀ ਕੀਤਾ ਸੀ ਕਿ ਜਿਹੜੇ ਬੰਦੀ ਸਿੰਘ ਆ ਪੰਜਾਬ ਦੀ ਸਰਕਾਰ, ਇਹ ਵੀ ਛਡਾਓ ਅਤੇ ਮਤਾ ਉਸੇ ਅਸੈਂਬਲੀ 'ਚ ਲੈ ਆਉਂਦੇ ਜੇ ਜੁੜਦੇ ਆ, ਤਾਂ ਫਿਰ ਉੱਥੇ ਕਿਉਂ ਨਹੀਂ ਮਤਾ ਲਿਆਉਂਦਾ? ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜੇ ਬੰਦੇ ਹੈਗੇ ਉੱਥੇ ਦੇ ਭਗਤ ਪੰਜਾਬ ਦੇ, ਅਤੇ ਫਿਰ ਆਪਣੇ ਸਰਦਾਰ ਸੁਰਿੰਦਰਪਾਲ ਭੁੱਲਰ ਜਿਹੜੇ ਉੱਥੇ ਆਪਣੇ 28-29 ਸਾਲ ਦੀ ਸਜ਼ਾ ਭੁਗਤ ਰਹੇ ਆ, ਅਤੇ ਇਹਨਾਂ ਦੇ ਲਾਲਾ ਜੀ ਸਾਈਨ ਕਿਉਂ ਨਹੀਂ ਕਰਦੇ ਉਹਦੇ 'ਤੇ? ਇਹ ਕਿਹੜੀ ਆ, ਇਹ ਅਕਾਲ ਤਖ਼ਤ ਦੀ ਮਰਿਆਦਾ ਦੀ ਲੰਘਣਾ ਨਹੀਂ? ਇਹਨਾਂ ਨੂੰ ਨਿਰਦੇਸ਼ ਨਹੀਂ ਦਿੱਤੇ? ਸਿੰਘ ਸਾਹਿਬ ਨੇ ਪਿਛਲੇ ਇੱਥੇ ਮਹੀਨੇ ਉਹ ਡਿਬਰੂਗੜ੍ਹ ਵਾਲਿਆਂ ਨੇ ਵੀ ਸੰਦੇਸ਼ ਦਿੱਤੇ ਸੀ, 27 ਬੱਚੇ ਅੱਜ ਬੇਕਸੂਰ ਇੱਥੇ ਅੰਮ੍ਰਿਤਸਰ ਜੇਲ੍ਹ 'ਚ ਆ, ਹੋਰਨਾਂ ਜੇਲ੍ਹਾਂ 'ਚ ਬੈਠੇ ਆ, ਸਾਨੂੰ ਦੱਸਦੇ ਆ ਇਹ ਗੱਲਾਂ, ਇਹ ਕਹਿ ਕੇ ਵੀ ਜਿਹੜੇ ਮੈਂ ਕਿਸੇ ਦਾ ਨਾਂ ਨਹੀਂ ਲੈਣਾ,
ਪਰ ਬੋਲਣ ਲੱਗੇ ਸੋਚਿਆ ਕਰੋ 100 ਵਾਰੀ। ਉੱਥੇ ਤੁਸੀਂ ਅਸੈਂਬਲੀ 'ਚ ਨਿਰਾਦਰ ਕੀਤਾ ਭਗਤਾਂ ਦਾ, ਜਿਹਨਾਂ ਦੀ ਗੁਰਬਾਣੀ ਗੁਰੂ ਪੰਜਵ ਪਾਤਸ਼ਾਹ ਨੇ ਤਰੁੱਟ ਕਰਕੇ ਸਿੱਖ ਹਰ ਵੇਲੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਨਮਸਕਾਰ ਕਰਦਾ, ਅਤੇ ਤੁਹਾਨੂੰ ਸ਼ਰਮ ਨਾ ਆਈ ਨਾਂ ਲੈਣ ਲੱਗਿਆਂ ਨੂੰ? ਤੁਸੀਂ ਉਹਨਾਂ ਦਾ ਭਗਤ ਨਹੀਂ ਲਾ ਸਕੇ, ਸਤਿਕਾਰ ਨਹੀਂ ਭੇਟ ਕਰ ਸਕੇ? ਅਤੇ ਦਾੜਾ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਟਕਾਰ ਦੇ ਤੌਰ 'ਤੇ ਸਾਬਤ ਸੂਰ ਸਿੱਖ ਹੋਣਾ ਚਾਹੀਦਾ, ਅਤੇ ਤੁਸੀਂ ਫਿਰ ਟਾਂਚਾ ਕਰੋਗੇ ਉੱਥੇ ਅਸੈਂਬਲੀ ਦੇ ਵਿੱਚ ਗੱਲਾਂ ਕਰੋਗੇ? ਮੈਂ ਚਾਹੁੰਦਾ ਨਹੀਂ ਸੀ ਬੋਲਣਾ, ਪਰ ਮੈਨੂੰ ਹੁਣ ਮਜਬੂਰ ਹੋ ਕੇ ਬੋਲਣਾ ਪਿਆ, ਜੈਸੇ ਕੋਈ ਪੈਸਾ ਵੀ ਹੋ ਜਾਂਦਾ, ਟੈਟ ਵੀ ਹੋ ਜਾਂਦਾ, ਇਹਨਾਂ ਦੀਆਂ ਗੱਲਾਂ ਨਾ ਕਰੋ। ਉਸ ਤੋਂ ਬਾਅਦ ਜਿਹੜੇ ਡਿਬੜੂਗੜ ਵਾਲੇ ਆ, ਉਹਨਾਂ ਲਈ ਅਕਾਲ ਤਖ਼ਤ ਨੇ ਸੰਦੇਸ਼ ਦਿੱਤਾ ਸੀ ਇਹਨਾਂ ਨੂੰ ਸਰਕਾਰ ਨੂੰ, ਉਹਦੇ 'ਤੇ ਵੀ ਚੁੱਪ ਬੈਠੇ। ਮੈਂ ਇਸ ਤੋਂ ਇਲਾਵਾ ਇੱਕ ਵੱਡੀ ਗੱਲ ਮੈਂ ਹੋਰ ਕਰਨੀ ਚਾਹੁੰਦਾ, ਸੁਪਰੀਮ ਕੋਰਟ ਦਾ ਆਸਰਾ ਲੈ ਕੇ ਇਹ ਕਹਿ ਰਹੇ ਜੀ ਅਸੀਂ ਪੰਜਾਬ ਦਾ ਐਕਟ ਜਿਹੜਾ ਆ ਉਹਦੀ ਤਰਮੀਮ ਕਰਤੀ, ਅਤੇ ਉਸੇ ਅਸੈਂਬਲੀ ਦੇ ਵਿੱਚ ਡੀ ਜੀ ਪੀ ਲਈ ਇੱਕ ਉੱਥੋਂ ਸੁਪਰੀਮ ਕੋਰਟ ਦੀ ਅਥਾਰਟੀ ਆਈ ਕਿ ਸੈਂਟਰ ਸਰਕਾਰ ਜਿਹੜੀ ਆ ਉਹ ਸੈਂਟਰ ਸਰਕਾਰ ਨੂੰ 3 ਮੈਂਬਰ ਪਾਉਣਗੇ ਅਤੇ ਆਪਣੇ ਹਰ ਇੱਕ ਸਟੇਟ ਉਹਨਾਂ ਨੂੰ ਭੇਜੂਗੀ। ਕੋਰਟ ਦੀ ਅਥਾਰਟੀ ਬਦਲ ਗਈ, ਸਾਡੀ ਵਾਰ ਨੂੰ ਅਥਾਰਟੀ ਆ ਜਿਹੜੀ ਕਿ ਰੈਲੀਮੈਂਟ ਨੇ ਇਸ ਤੱਕ ਮੁੰਡੇ ਰੱਦ ਕਰ ਦਿੱਤਾ, ਸੋ ਮੈਂ ਇਹ ਕਹਿਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਾ ਕਰੋ, ਬੜੀ ਸਿਆਸਤ ਤੁਸੀਂ ਪੀ ਟੀ ਸੀ ਦੇ ਨਾਂ 'ਤੇ ਸੇਧ ਲਈ ਆ। ਸਾਡਾ ਪੀ ਟੀ ਸੀ ਨਾਲ ਕੋਈ ਜਾਤੀ ਅਦਰਵਾਈਜ਼ ਕੋਈ ਹੈ ਨਹੀਂ ਉਹਨਾਂ ਦੇ ਨਾਲ, ਅਸੀਂ ਤਾਂ ਪਹਿਲਾਂ ਸਾਲ ਕਹਿ ਚੁੱਕੇ ਸੀ ਅਤੇ ਸਾਲ 'ਤੇ ਅਸੀਂ ਆਪਣੇ ਕਾਰਜ ਵੀ ਸ਼ੁਰੂ ਕੀਤੇ ਹੋਵਾ, ਸੋ ਤੁਸੀਂ ਮੋਹਰ ਖਿੱਚਣ ਨੂੰ ਅੱਜ ਸਮੁੱਚੇ ਪੰਥ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ, ਇਹ ਚਾਲਾਂ ਤੁਹਾਡੀਆਂ ਕਿਸੇ ਵੇਲੇ ਇਹਨਾਂ ਨੇ ਪੰਥ ਨੂੰ ਖੱਜਲ ਖੁਆਰ ਕਰਨਗੀਆਂ। ਬਾਹਰ ਬੈਠੇ ਮੂੜ ਦਰਸ਼ਕ ਬਣ ਕੇ ਇਹ ਨਾ ਕਹੋ, ਇਹਨਾਂ ਨੂੰ ਕਹੋ ਵੀ ਅਸੈਂਬਲੀ ਦੇ ਵਿੱਚ ਬੰਦੀ ਸਿੰਘਾਂ ਦਾ ਮਤਾ ਵੀ ਲਿਆਉਣ, ਉਹਦੇ ਵਿੱਚ ਡਿਬੜੂਗੜ ਵਾਲੇ ਜਿਹੜੇ ਐਨ ਐਸ ਏ ਕਨਫਰਮ ਕੀਤੀਆਂ 11 ਜਣੇ ਆ, ਉਹਨਾਂ ਦੀਆਂ ਐਨ ਐਸ ਏ ਨਹੀਂ ਕਨਫਰਮ ਕੀਤੀਆਂ ਸਟੇਟ ਨੇ, ਫਿਰ ਦੋੜਾ ਮਾਪਦੰਡ ਕਿਹੜਾ? ਅਤੇ ਉਹ ਤੋਂ ਇਲਾਵਾ ਜਿਹੜੇ ਬੰਦੀ ਸਿੰਘ ਉਹ ਬੈਠੇ, ਬਾਬੂ ਸੂਰਤ ਸਿੰਘ ਬੈਠਾ, ਉਹ ਕਹਿੰਦਾ ਮੈਨੂੰ ਮੰਜੇ 'ਤੇ ਬੈਠ ਕੇ ਇਸੇ ਭਗਵੰਤ ਮਾਨ ਨੇ ਕਿਹਾ ਸੀ ਬਾਪੂ ਸਰਕਾਰ ਬਣਾ ਦੇ 24 ਘੰਟਿਆਂ 'ਚ ਬੰਦੀ ਬਾਹਰ ਆਉਣਗੇ, ਉਹ ਕਹਿੰਦਾ ਇੱਕ ਵਾਰੀ ਮੇਰੇ ਕੋਲ ਤਾਂ ਆਵੇ, ਸੋ ਹਰ ਵਾਰੀ ਝੂਠੇ ਬੋਲੀ ਜਾਣਾ, ਹਰ ਵਾਰੀ ਟਿੱਚਰਾਂ ਹੀ ਕਰੀ ਜਾਣੀਆਂ। ਧਾਮੀ ਨੇ ਵਕਾਲਤ ਕਿੱਥੋਂ ਕੀਤੀ? ਮੈਂ ਤਾਂ ਵਕਾਲਤ ਗੰਗਾਨਗਰ ਤੋਂ ਕੀਤੀ, ਤਸਦੀਕ ਕਰ ਲਾ, ਤੂੰ ਆਪਣੀਆਂ ਵੀ ਤਸਦੀਕਾਂ ਕਰਕੇ ਦੱਸ ਦੇ, ਤੂੰ ਐਕਟਿੰਗ ਪ੍ਰਧਾਨ ਦੱਸੀ ਜਾਂਦਾ, ਤੇਰਾ ਕਾਨੂੰਨ ਆ, ਕਾਨੂੰਨ ਤਾਂ ਸੈਂਟਰ ਦਾ, ਅਤੇ ਐਕਟਿੰਗ ਕਿੱਦਾਂ ਹੋ ਗਿਆ? ਇਸ ਕਰਕੇ ਮਰਿਆਦਾਵਾਂ ਦਾ ਜਿਹੜਾ ਆ ਉਲੰਘਣ ਨਾ ਕਰੋ, ਕੌੜੇ ਬੋਲ ਬੋਲੋਗੇ, ਮੇਰਾ ਸੁਭਾਅ ਨਹੀਂ ਬੋਲਣ ਦਾ, ਪਰ ਮੈਨੂੰ 45-43 ਸਾਲ ਇਸੇ ਕੰਮ 'ਚ ਪੈ ਨੂੰ ਹੋ ਗਏ ਆ, ਅਰਥ ਕਰੋ, ਪੰਜਾਬ ਨੂੰ ਸ਼ਾਂਤੀ ਦੇ ਮਾਹੌਲ ਦੇ ਵਿੱਚ ਜੀਣ ਦਿਓ, ਇਹੋ ਜਿਹੀਆਂ ਗੱਲਾਂ ਨਾ ਕਰੋ ਜਿਹੜੀਆਂ ਕੌੜੀਆਂ ਹੋਣ। ਇੰਨੀ ਬੇਨਤੀ ਕਰਕੇ ਅੰਤ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਬਹੁਤ ਬਹੁਤ ਵਧਾਈ ਦਿੰਦਾ, ਕਾਮਨਾ ਕਰਦਾ ਸਤਿਗੁਰੂ ਜੀ ਪੰਥ ਨੂੰ ਸਹੀ ਸੇਧ ਯੋਗ ਅਗਵਾਈ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਅਸੀਂ 4:30 ਵਜੇ ਦਾ ਸਾਨੂੰ ਟਾਈਮ ਮਿਲਿਆ, ਅਸੀਂ ਹੁਣ ਚੱਲੇ, ਅਸੀਂ ਜਾ ਕੇ ਉਹਨਾਂ ਨੂੰ ਸਾਹਿਬ ਨੂੰ ਮਿਲਾਂ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ ਟੀਵੀ, ਔਰ ਬੈਲ ਆਈਕਨ ਦਬਾਨਾ ਨਾ ਭੁਲੇਂ।